ਫਾਜ਼ਿਲਕਾ ਦੇ ਵਾਰਡ ਨੰਬਰ 18 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਸੰਪੰਨ। 30 ਪਰਿਵਾਰ ਅਕਾਲੀ ਦਲ ਦੇ ਵਿੱਚ ਹੋਏ ਸ਼ਾਮਲ। ਹੰਸਰਾਜ ਜੋਸਨ ਨੇ ਕੀਤਾ ਸਵਾਗਤ। ਫਾਜ਼ਿਲਕਾ ਦੇ ਵਾਰਡ ਨੰਬਰ 18 ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਸੰਪੰਨ ਹੋਈ, ਜਿਸ ਦੇ ਵਿੱਚ ਅਕਾਲੀ ਦਲ ਦੇ ਨੇਤਾ ਅਤੇ ਪੂਰਵ ਮੰਤਰੀ ਹੰਸਰਾਜ ਜੋਸਨ ਪਹੁੰਚੇ, ਜਿਨ੍ਹਾਂ ਵੱਲੋਂ 30 ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ 'ਤੇ ਚੌਧਰੀ ਹੰਸਰਾਜ ਜੋਸਨ ਨੇ ਫਾਜ਼ਿਲਕਾ ਵਾਸੀਆਂ ਨੂੰ ਰੱਖਿਆ ਬੰਧਨ ਦੀ ਵਧਾਈ ਦਿੱਤੀ ਅਤੇ ਫਾਜ਼ਿਲਕਾ ਦੇ ਵਿੱਚ 30 ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਦਾ ਸਵਾਗਤ ਵੀ ਕੀਤਾ। ਚੌਧਰੀ ਹੰਸਰਾਜ ਜੋਸਨ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਜਲਦ ਹੀ ਇੱਕ ਵੱਡੀ ਸ਼ਕਤੀ ਦੇ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਭਰੇਗਾ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਵਿਧਾਨ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਫਾਜ਼ਿਲਕਾ ਤੋਂ ਜਿੱਤ ਪ੍ਰਾਪਤ ਕੀਤੀ ਜਾਵੇਗੀ। ਅਸੀਂ 18 ਨੰਬਰ ਵਾਰਡ ਵਿੱਚ ਪ੍ਰੋਗਰਾਮ ਰੱਖਿਆ ਅਤੇ ਮੈਂ ਸਭ ਤੋਂ ਪਹਿਲਾਂ ਫਾਜ਼ਿਲਕਾ ਦੇ ਲੋਕਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ। ਰਕਸ਼ਾ ਬੰਧਨ ਹੈ ਔਰ ਰਕਸ਼ਾ ਬੰਧਨ ਜੋ ਸਾਡੇ ਹਿੰਦੁਸਤਾਨ ਦੀ ਸੱਭਿਆਚਾਰ ਵਿੱਚ ਬੜਾ ਵੱਡਾ ਇਹ ਤਿਉਹਾਰ ਹੈ ਔਰ ਉਹਦੇ ਨਾਲ ਹੀ ਮੈਂ ਜੋ ਨਵੇਂ ਲੋਕ ਆਏ ਨੇ ਇਹਨਾਂ ਸਾਰੇ 'ਚੋਂ ਕਿ ਕਾਫੀ ਪਰਿਵਾਰਾਂ ਨੇ ਜੋ ਅੱਜ ਬੀਜੇਪੀ ਅਤੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਥ ਦਿੱਤਾ ਹੈ, ਮੈਂ ਆਪਣੇ ਵੱਲੋਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਔਰ ਨਾਲ ਇਹ ਵੀ ਆਪਣੇ ਵੱਲੋਂ ਵਿਸ਼ਵਾਸ ਦਵਾਉਂਦੇ ਹਾਂ ਕਿ ਇਹਨਾਂ ਦਾ ਬੰਦਾ ਮਾਣ ਸਤਿਕਾਰ ਇਹ ਇਹਨਾਂ ਦਾ ਹੋਏਗਾ ਔਰ ਆਉਣ ਵਾਲੇ ਸਮੇਂ 'ਚ ਇਹ ਵੀ ਵਿਸ਼ਵਾਸ ਦਵਾਉਂਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਸ਼ਹਿਰ ਦੇ ਸੈਂਟਰ ਤੋਂ ਜਦੋਂ ਵੀ ਕਿਤੇ ਡਿਵੈਲਪਮੈਂਟ ਚਾਲੂ ਹੋਈ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਏਗਾ ਉਸ ਵੇਲੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਥੱਲੇ ਇਹ ਕਲੋਨੀਆਂ ਤੋਂ ਇਹਨਾਂ ਤੋਂ ਡਿਵੈਲਪਮੈਂਟ ਚਾਲੂ ਕਰਕੇ ਤੇ ਸੈਂਟਰ ਦੇ ਵਿੱਚ ਲੈ ਕੇ ਜਾਵਾਂਗੇ। ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਕਿੰਨੇ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ? ਅੱਜ ਤਕਰੀਬਨ 30 ਪਰਿਵਾਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਾਡਾ ਜਥਾ ਐਡਾ ਵੱਡਾ ਬੰਦਾ ਜਾ ਰਿਹਾ ਹੈ ਕਿ ਪਰਮਾਤਮਾ ਸੁਖ ਰੱਖੇ ਕਿ ਆਉਣ ਵਾਲੇ ਸਮੇਂ ਜੋ ਅਸੀਂ ਫਿਰੋਜ਼ਪੁਰ ਪਾਰਲੀਮੈਂਟ ਕੌਂਸਟੀਚੁਐਂਸੀ ਦੀਆਂ 9 ਦੇ 9 ਕੌਂਸਟੀਚੁਐਂਸੀਆਂ ਨੇ ਉਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਉਮੀਦਵਾਰ ਜਿਤਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੋ ਪਾਰਲੀਮੈਂਟ ਕੌਂਸਟੀਚੁਐਂਸੀ ਉਹਦੇ 'ਚ ਹੋਰ ਹਿੰਦੁਸਤਾਨ ਦੀ ਔਰ ਪੰਜਾਬ ਦੀ ਜੋ ਆਉਣ ਵਾਲੀ ਫਿਊਚਰ ਹੈ ਉਹਦੇ 'ਚ ਬਹੁਤ ਵੱਡਾ ਫੈਸਲਾ ਕਰੇਗੀ। ਕਿਹੜੇ ਵਾਰਡ 'ਚ ਕਿਹੜੀ ਪਾਰਟੀ ਦਾ ਕੀ ਪ੍ਰੋਗਰਾਮ ਰੱਖਿਆ? ਇੱਥੇ ਵਾਰਡ ਨੰਬਰ 18 ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਪ੍ਰੋਗਰਾਮ ਰੱਖਿਆ ਗਿਆ। ਅੱਜ ਲਗਭਗ 30 ਤੋਂ 35 ਪਰਿਵਾਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ। ਲਗਭਗ ਇੱਥੇ 250 ਬੰਦੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਬਹੁਤ ਵਧੀਆ ਪ੍ਰੋਗਰਾਮ ਹੋਇਆ ਇੱਥੇ। ਕਿੰਨਾ ਘਰ ਰੱਖਿਆ ਗਿਆ ਜੀ ਪ੍ਰੋਗਰਾਮ? ਸਾਂਝੀ ਥਾਂ, ਇੱਥੇ ਸਾਂਝੀ ਥਾਂ ਰੱਖਿਆ ਜੀ, ਕਿਸੇ ਘਰ ਨਹੀਂ ਸੀ, ਗਲੀ ਦੇ ਵਿੱਚ ਰੱਖਿਆ ਸੀ, ਸਾਂਝੀ ਥਾਂ ਸੀ, ਸਾਰੇ ਮੁਹੱਲੇ ਵੱਲੋਂ ਰੱਖਿਆ ਸੀ। ਲੋਕਾਂ ਨੂੰ ਕਿਹਾ ਹੋਊਗਾ ਮਲੇ ਬੰਦ ਜੀ? ਵਧੀਆ, ਲੋਕਾਂ ਨੇ ਬਹੁਤ ਖੁਸ਼ ਹੋ ਕੇ ਇਹਨਾਂ ਨੂੰ ਖੁਸ਼ ਦਿਲ ਨਾਲ ਸਾਰਿਆਂ ਨੇ ਸਿਰ ਮੱਥੇ ਲਾ ਕੇ।